ਭਾਅ ਜੀ ਮਾਂ ਨੂੰ ਅਫੀਸ਼ਲੀ ਛੁੱਟੀ ਹੈ। ਅਸੀਂ ਸਵੇਰੇ ਸਵੇਰੇ ਚੱਲੇ ਸਾ ਕੰਮ 'ਤੇ, ਰੋਕ ਦਿੱਤਾ ਗਿਆ ਕਿ ਘਰ ਬੈਠੋ ਕਿਉਂਕਿ ਬਾਹਰ ਹੋ ਰਹੀ ਹੈ ਬਾਰਿਸ਼। ਅਤੇ ਅੱਜ ਦੇ ਵਲਾਗ ਤਾਂ ਕਰਾਂਗੇ ਅਸੀਂ, ਇਹ ਤੋਂ ਹੀ ਆਗਾਜ਼ ਤੁਸਾਂ ਸਾਡੇ ਰਹਿਦਾ ਨਾਲ ਪੱਕਾ। ਹੁਣ ਜ਼ਰਾ ਦਿਨ ਚੜ੍ਹਦਾ ਤੁਹਾਨੂੰ ਬਾਰਿਸ਼ ਵਾਰਨੇ, ਹੁਣ ਹਨੇਰੇ ਤੁਹਾਨੂੰ ਬਾਰਿਸ਼ ਕੀ ਵਹਾ ਸਾਡੇ। ਦਿਨ ਦੇ 12 ਵਜੇ ਨੇ ਅਤੇ ਧੁੱਪ ਨਿਕਲ ਆਈ ਹੈ, ਲੇਕਿਨ ਬੱਦਲ ਹੈ ਨੇ, ਬਾਰਿਸ਼ ਕਿਸੇ ਵਕਤ ਵੀ ਆ ਸਕਦੀ ਹੈ। ਅਤੇ ਅਸੀਂ ਬਣਾਉਣ ਲੱਗੇ ਹਾਂ ਚਿਕਨ ਕੜਾਈ, ਨਾਲ ਹੀ ਬਣਨ ਲੱਗਾ ਚਿਕਨ ਟਿੱਕਾ। ਇਹਦਾ ਮਸਾਲਾ ਲਾ ਕੇ ਰੱਖ ਦਿੰਦੇ ਹਾਂ, ਇਹ ਬਣਾਵਾਂਗੇ ਸ਼ਾਮ ਨੂੰ। ਜਿਸ ਦਿਨ ਛੁੱਟੀ ਐਕਸੈਪਟ ਨਾ ਕੀਤੀ ਹੋਵੇ, ਛੁੱਟੀ ਹੋ ਜਾਏ ਅਤੇ ਪਲਾਨ ਕੋਈ ਨਾ ਹੋਵੇ, ਉਸੇ ਦਿਨ ਇੰਝ ਹੁੰਦਾ। ਹੁਣ ਤਕਰੀਬਨ ਦੁਪਹਿਰ ਦੇ 2 ਵੱਜਦੇ ਨੇ ਪਏ, ਅਸੀਂ ਲੱਗੇ ਹਾਂ ਖਾਣ ਪੀਣ ਵਾਸਤੇ ਰੋਟੀ ਟੁੱਕਰ ਬਣਾਉਣ। ਵੈਸੇ ਤਾਂ ਸਾਡੀ ਰੋਟੀ ਹੁੰਦੀ ਹੈ, ਲੇਕਿਨ ਸਾਨੂੰ ਅਸੀਂ ਚਵੇ ਲੋਕ ਨਾ, ਥੋੜ੍ਹੇ ਜਿਹੇ ਚਵੇ ਹੈ ਵਾ ਅਸੀਂ ਸਾਰੇ, ਅਤੇ ਉਸ ਵਾਸਤੇ ਅਸੀਂ ਬਣਾ ਲੱਗੇ ਹਾਂਡੀ। ਅਤੇ ਅੱਜ ਦੇ ਵਲੋਗ ਤੁਹਾਨੂੰ ਰਹਿਣਾ ਨਾਲ, ਹਾਂਡੀ ਐਂਡ ਤੱਕ ਤੁਹਾਨੂੰ ਖਾਵਾਂਗੇ ਅਸੀਂ ਕਿੱਡੇ ਵੱਡੇ ਕੁੱਕ ਆ। ਐ ਪਵਨ ਸਾਹਿਬ ਨੇ ਸਾਡੇ ਨਾਲ, ਉਹ ਮੁਹੰਮਦ ਹੁਸੈਨ ਸਾਹਿਬ ਨੇ, ਐ ਪ੍ਰਵੀਨ ਹੈ ਸਾਡੀ। ਜਿਹੜਾ ਕੋਈ ਹੱਥ ਫੜਨ ਵਾਸਤੇ ਕੋਈ ਚੀਜ਼ ਖਾ ਰਿਹਾ, ਇਹੋ ਜਿਹਾ ਬੰਦਾ ਚਾਹੀਦਾ ਡੀਜ਼ਲ ਪਾਉਣ ਵਾਸਤੇ। ਆਹ ਡੀਜ਼ਲ ਵਾਲੀ ਖਾਓ, ਡੀਜ਼ਲ ਥੱਲੇ ਪਾਈਦਾ ਕਾਕਾ, ਤੂੰ ਉੱਤੇ ਪਾਈਦਾ। ਪਿਆਜ਼ ਇੱਥੇ ਰੱਖ ਦਿਓ, ਪਿਆਜ਼ਾਂ ਦੇ ਰੋਟੀ ਤਾਂ ਆ ਗਈ ਮੈਨੂੰ ਲੱਗਦਾ। ਭਾਈ ਜੀ ਫੁੱਲ ਮੌਸਮ ਬੇਈਮਾਨ ਹੈ, ਮੌਸਮ ਬੇਈਮਾਨ ਹੋ ਜਾਏ ਤਾਂ ਸਹਾਰਾ ਹੋ ਜਾਂਦਾ। ਚੱਲੀ ਹੋਣ। ਅਸਲਾਮ ਵਾਲੇਕੁਮ ਜੀ, ਲਓ ਜੀ ਤੁਹਾਨੂੰ ਛੁੱਟੀ। ਨਹੀਂ ਨਹੀਂ ਮੈਂ ਨਹੀਂ ਇਹਦੇ ਕੋਲ ਬਣਾ, ਜਿਹੜਾ ਬੰਦਾ ਰਾਜ਼ੀ ਨਹੀਂ ਉਹਨੇ ਵੜ ਗਿਆ ਭਾਈ। ਲਾਈ ਨਹੀਂ ਉਹ ਖਾਣੇ ਪੀਣੇ ਆਏ ਹਮ ਲੋਕ, ਲਾਈ ਆ ਰਿਕਾਰਡਿੰਗ। ਇਹ ਨਾਲ ਬਣ ਰਹੇ ਨੇ ਮਿੱਠੇ ਚਾਵਲ, ਔਰ ਮਹਿਮਾਨ ਸਾਡੇ ਆ ਰਹੇ ਨੇ, ਜਿੰਨਾ ਦੇ 9:45 ਨੇ। ਚਿਕਨ ਕੜਾਈ ਤਿਆਰ ਹੋ ਚੁੱਕੀ ਹੈ, ਡੀਜ਼ਲ ਵਾਲੀ, ਡੀਜ਼ਲ ਪੈ ਗਿਆ ਸੀ ਬੰਦੇ ਕੋਲ ਵਿੱਚ। ਔਰ ਮਿੱਠੇ ਚੌਲ ਤਿਆਰ ਹੋ ਰਹੇ ਨੇ, ਔਰ ਮਹਿਮਾਨ ਰਸਤੇ 'ਚ ਨੇ। ਸੋ ਅੱਜ ਦੀ ਵੀਡੀਓ ਬਸ ਇੱਥੋਂ ਤੱਕ ਹੀ ਸੀ। ਉਮੀਦ ਕਰਨਾ ਇਹ ਵਲੋਗ ਤੁਹਾਨੂੰ ਆਇਆ ਹੋਏਗਾ ਪਸੰਦ, ਅਗਰ ਆਇਆ ਪਸੰਦ ਤਾਂ ਗੁਜਰਾਂਵਾਲਾ ਵਲੋਗ ਨੂੰ ਕਰ ਲਓ ਸਬਸਕ੍ਰਾਈਬ। ਮੈਂ ਮਿਲਾਂਗਾ ਨੈਕਸਟ ਵੀਡੀਓ 'ਚ।